ਵੱਲੋਂ ਜ਼ਿਲ੍ਹਾ ਬਠਿੰਡਾ ਦੇ ਵਿੱਚ ਥਾਣਾ ਕੋਟਪੁੱਤਾ ਦੇ ਵਿੱਚ ਮੁਕੱਦਮਾ ਦਰਜ ਹੋਇਆ। ਉਸ ਮੁਕੱਦਮੇ ਦੇ ਵਿੱਚ ਕਿਵੇਂ ਧੱਕੇਸ਼ਾਹੀ ਹੋਈ ਹੈ, ਸੋ ਅੱਜ ਸਾਰਾ ਨਗਰ ਪਿੰਡ ਮੈਸਰਖਾਨਾ ਇੱਥੋਂ ਦਾ ਜਿਹੜਾ ਮੌਜੂਦਾ MLA ਹੈ ਹਲਕਾ ਬੌੜ ਤੋਂ ਉਹਦੇ ਪਿੰਡ ਤੋਂ ਨੇ, ਸਰਪੰਚ ਸਾਹਿਬ ਉਹਦੇ ਪਿੰਡ ਤੋਂ ਨੇ, ਇਹ ਕੁੜੀ ਵੀ ਖੜੀ ਹੈ ਜਿਹੜੀ ਜਿਹਦੇ ਮੁਕੱਦਮਾ ਦਰਜ ਹੋਇਆ ਦਰੋਗਾ, ਇਹ ਉਹਨਾਂ ਦਾ ਪਰਿਵਾਰ ਖੜਾ। ਆਲੇ ਦੁਆਲੇ ਪਿੰਡਾਂ ਤੋਂ ਜਿਹੜੇ ਲੋਕ ਅੱਜ ਇਸ ਧੱਕੇ ਦੇ ਖਿਲਾਫ ਆਵਾਜ਼ ਬੁਲੰਦ ਕਰਨ ਲਈ ਇਕੱਠੇ ਹੋਏ ਆ। ਸੋ ਮੈਂ ਅਪੀਲ ਕਰੂੰਗਾ ਪਹਿਲਾਂ ਤਾਂ ਇਸ ਕੁੜੀ ਨੂੰ ਕਿ ਤੁਸੀਂ ਆਪਣੀ ਜ਼ਬਾਨੀ ਦੱਸੋ ਕਿ ਸਾਰੀ ਕਹਾਣੀ ਜਿਹੜੀ ਕੀ ਵਾਪਰੀ ਆ, ਥੋੜੇ ਲਫ਼ਜ਼ਾਂ ਸਮਝਾ ਦਿਓ ਬਈ ਕੀ ਵਾਪਰਿਆ, ਕਿਵੇਂ ਕਿਵੇਂ, ਕਿੱਥੋਂ, ਜਿਹੜੇ ਮੋਟੇ ਮੋਟੇ ਲਫ਼ਜ਼ਾਂ ਸਮਝਾ ਦਿਓ, ਜਿਹੜੇ ਦਰਖਤ ਰੁੱਖ ਸੀਗੇ ਕਿੱਥੋਂ ਕਹਾਣੀ ਵਾਪਰੀ ਆ। ਦਰਖਤ ਸੀਗੇ ਮੇਰੇ ਰਾਮਨਗਰ ਫਸਟ ਬੀਟ ਆ ਮੇਰੇ ਕੋਲ ਮੌੜ ਬਲਾਕ ਚ, ਤੇ ਇੱਥੇ ਘੁੰਮਣ ਸੂਆ ਜਿਹਦੇ ਉੱਤੇ ਪਲਾਂਟੇਸ਼ਨ ਸੀ, ਤੇ ਜਿਹਦੇ ਕੱਟਣ ਪਿੱਛੇ ਮੈਨੂੰ ਸਵਰਨ ਸਿੰਘ ਦਾ ਫੋਨ ਆਇਆ ਸੀ ਵੀ ਮੈਂ ਉਹਦਾ PA MLA ਸਾਹਿਬ ਦਾ, ਤੇ ਵੀ ਐਂ ਕਰਕੇ ਪਲਾਂਟੇਸ਼ਨ ਹੈ ਜਿਹੜੀ ਵੀ ਇਹ ਤੁਸੀਂ ਗਲਤ ਲਾਈ ਹੋਈ ਆ ਤੇ ਇਹਨੂੰ ਦੇਖ ਲਓ ਵੀ ਇਹਨੂੰ ਕੱਟਣਾ ਆਪਣਾ। ਉਸ ਤੋਂ ਬਾਅਦ ਮੈਂ ਮੌਕਾ ਦੇਖਣ ਗਈ ਉੱਥੇ, ਜਿਹੜਾ ਗੱਗੀ ਹੈ ਮੁੰਡਾ ਉਹ ਆਇਆ, ਉਹਨਾਂ ਨੇ ਮੌਕਾ ਦਿਖਾਇਆ ਮੈਨੂੰ, ਪਰ ਉਹ ਮੇਰੇ ਨਾਲ ਕਾਫੀ ਕੁਛ ਵੀ ਮਤਲਬ ਕਿ ਮੌਕਾ ਤਾਂ ਉਹਨਾਂ ਨੇ ਬਾਅਦ 'ਚ ਦੇਖਿਆ, ਪਹਿਲਾਂ ਬਸ ਉਹ ਐਂ ਕਰਦੇ ਸੀ ਬਸ ਇਹਨਾਂ ਨੂੰ ਬੂਟੇ ਪੱਟਣੀ। ਪਲਾਂਟੇਸ਼ਨ ਉਹ ਕਾਫੀ ਵੱਡੀ ਹੋ ਚੁੱਕੀ ਹੈ, ਹੁਣ 3-4 ਸਾਲ ਹੋ ਗਏ ਪਲਾਂਟੇਸ਼ਨ ਨੂੰ ਰੁੱਖ। ਜਿਹੜੇ ਦਰਖਤ ਲੱਗੇ ਆ ਉਹ ਦਰਖਤ ਲੱਗੇ ਆ ਸਰਕਾਰੀ ਥਾਂ 'ਚ? ਹਾਂਜੀ ਸਰਕਾਰੀ ਥਾਂ 'ਚ, ਉਹਨਾਂ ਦਾ ਕੋਈ ਲੈਣ ਦੇਣ ਨਹੀਂ ਉਹ ਰੁੱਖਾਂ ਨਾਲ, ਵੀ ਉਹ ਆਪਣੀ ਸਾਡੀ ਆਪਣੀ। ਇਹੀ ਕਹਿੰਦੇ ਸੀ ਪੱਟੋ। ਹਾਂਜੀ ਉਹ ਪੱਟੋ, ਬਸ ਉਹਨਾਂ ਦਾ ਪਟਾਉਣ ਤੱਕ ਮਸਲਾ ਸੀ। ਜਦੋਂ ਮੈਂ ਉਹਨਾਂ ਨੂੰ ਬਸ ਮੈਂ ਇਹ ਕਹਿਤਾ ਮੈਂ ਉੱਚ ਅਧਿਕਾਰੀਆਂ ਧਿਆਨ 'ਚ ਲਿਆ ਦੂੰਗੀ, ਮੈਂ ਆਪਣਾ ਉਹਨਾਂ ਨੂੰ ਇਹੀ ਜਵਾਬ ਸੀ ਵੀ ਮੇਰੇ ਕੋਈ ਸਾਰੇ ਨਹੀਂ, ਮੈਂ ਆਪਣੇ ਕੋਈ ਉੱਪਰ ਜਾ ਕੇ ਸਾਰੀ ਗੱਲਬਾਤ ਤੁਹਾਨੂੰ ਦੱਸ ਦਿੰਦੀ ਹਾਂ, ਜਿਵੇਂ ਵੀ ਹੋਇਆ ਤੁਸੀਂ ਆਪਣੀ ਨਿਸ਼ਾਨਦੇਹੀ ਕਰਾ ਕੇ, ਜੇ ਤੁਹਾਨੂੰ ਗਲਤ ਲੱਗਦਾ ਤਾਂ ਤੁਸੀਂ ਉਸੇ ਹਿਸਾਬ ਨਾਲ ਆਪਣਾ ਮਸਲਾ ਹੱਲ ਕਰ ਲਓ। ਪਰ ਉਹਨਾਂ ਨੇ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਕੀਤੀ ਤੇ ਸਿੱਧਾ ਜਾ ਕੇ ਮੇਰੀ MLA ਸਾਹਿਬ ਨੂੰ, DFO ਸਾਹਿਬ ਨੂੰ ਘਰੇ ਬੁਲਾਇਆ ਤੇ ਜਾ ਕੇ ਮੇਰੀ ਬਦਲੀ ਕਰਾਈ। ਬਦਲੀ ਕਰਾਉਣ ਤੋਂ ਬਾਅਦ ਵੀ ਹੁਣ ਤੱਕ ਉਹ ਟਿਕੇ ਨਹੀਂ ਗਏ, ਮੈਨੂੰ ਕਿਵੇਂ ਨਾ ਕਿਵੇਂ ਕਰਕੇ ਉਹ ਟੌਰਚ ਕਰਦੀ ਰਹੀ। ਸਵਰਨ, ਗੱਗੀ, ਰਾਜੂ ਇਹ ਸਾਰੇ ਸੀ ਜਿਹੜੇ ਮਿਲੇ ਹੋਏ ਸੀ, ਉਹਨਾਂ ਦੀ ਕਿਵੇਂ ਨਾ ਕਿਵੇਂ ਆ ਕੇ ਮੇਰੇ ਤੱਕ, ਕਦੇ ਰੇਂਜ ਅਫਸਰ ਸਾਹਿਬ ਨੂੰ ਫੋਨ ਕਰਦੇ ਆ, ਕਦੇ DFO ਸਾਹਿਬ ਨੂੰ ਫੋਨ ਕਰਦੇ ਆ, ਕਦੇ ਮੇਰੇ ਬੈਠਣ ਤੇ ਟਿੱਪਣੀਆਂ ਕਰਦੇ ਆ, ਬਸ ਇਹੀ ਚੀਜ਼ਾਂ ਸੀ ਉਹਨਾਂ ਦੀਆਂ। ਉਹਨਾਂ ਦੀਆਂ ਇਹੀ ਗੱਲਾਂ ਲੈ ਕੇ ਵੀ ਜਦੋਂ ਮੇਰੀ ਬਦਲੀ ਹੋ ਗਈ ਹੁਣ ਤਾਂ ਕੋਈ ਚੱਕਰ ਹੀ ਨਹੀਂ ਹੈਗਾ, ਹੁਣ ਤੁਸੀਂ ਮੇਰੇ ਨਾਲ ਕੋਈ ਲੈਣ ਦੇਣ ਨਾ ਰੱਖੋ ਨਾ ਮੇਰੇ ਬਾਰੇ ਕੋਈ ਗੱਲ ਕਰੋ, ਇਹੀ ਮੈਂ ਆਪਦਾ ਦੁੱਖ ਦਰਦ ਲੈ ਕੇ ਉਹਨਾਂ ਕੋਲ ਸਿਰਫ ਇੱਕ ਰਿਕੁਐਸਟ ਕਰਨ ਉਹਨਾਂ ਦੇ ਘਰੇ ਗਈ ਸੀ, ਜਿੱਥੇ ਕਿ ਉਹਦੇ ਉਹ ਸਵਰਨ ਸਿੰਘ ਦੇ ਮੰਮੀ ਸੀ ਤੇ ਜਾਂ ਉਹਦੀ ਮਿਸਿਸ ਸੀ, ਉਹਨਾਂ ਨਾਲ ਗੱਲ ਕਰਕੇ ਮੈਂ ਤੁਰਨ ਲੱਗੀ ਤਾਂ ਮੁੰਡਾ ਗੱਗੀ ਤੇ ਇੱਕੋ ਜਿਹੜਾ ਰਾਜੂ ਇੱਕ ਹੋਰ ਸੀ ਉਹਨਾਂ ਦਾ ਮੈਨੂੰ ਨੇਮ ਨਹੀਂ ਯਾਦ, ਖੈਰ ਉਹ 3-4 ਜਣੇ ਮੇਰੇ ਕੋਲ ਆਏ ਤੇ ਉਹ ਮੈਨੂੰ ਇੱਕੇ ਦਾ ਵੀ ਬਸ ਬੋਲਦੇ ਸੀਗੇ ਵੀ ਅਸੀਂ ਨਾ ਐਂ ਕਰਾਂਗੇ, ਅਸੀਂ ਵਾਹ ਕਰਾਂਗੇ, ਆਪਦਾ ਜਾ ਕੇ MLA ਦੇ ਪੇਸ਼ ਹੋ ਜਾਓ ਜੇ ਤੁਹਾਨੂੰ ਕੋਈ ਬਾਹਲੀ ਸਾਡੇ ਤੋਂ ਤਕਲੀਫ ਹੈ, ਅਸੀਂ ਤਾਂ ਫੋਨਾ ਹੀ ਕਰਾਂਗੇ, ਸਾਡੀ ਆਪਦੀ ਸਰਕਾਰ ਹੈ, ਅਸੀਂ ਆਪਦਾ ਹੀ ਸਾਰਾ ਐਟੀਟਿਊਡ ਰੱਖਾਂਗੇ, ਬਸ ਉਹਨਾਂ ਦਾ ਇਹੀ ਸੀਗਾ। ਬਸ ਮੇਰਾ ਉਹਨਾਂ ਕੋਲ ਜਾਣ ਦਾ ਕੋਈ ਤੁੱਕ ਨਹੀਂ ਸੀ, ਨਾ ਮੇਰੇ ਕੋਲ ਕੋਈ ਹਥਿਆਰ ਸੀ, ਨਾ ਹੀ ਮੇਰੇ ਕੋਲ ਕੋਈ ਡੰਡਾ ਸੋਟੀ ਕੁਛ ਵੀ ਨਹੀਂ ਸੀ, ਮੈਂ ਤਾਂ ਸਿਰਫ ਆਪਦੀ ਇੱਕ ਦਲੀਲ ਲੈ ਕੇ ਉਹਨਾਂ ਕੋਲ ਗਈ ਸੀ ਵੀ ਮੇਰੇ ਬਾਰੇ ਕੋਈ ਚੰਗਾ ਮਾੜਾ ਗੱਲ ਨਾ ਕਰੋ, ਮੈਂ ਜਦੋਂ ਮੈਂ ਇੱਥੋਂ ਬਦਲੀ ਗਈ ਮੇਰੀ ਬਦਲੀ ਹੋ ਗਈ, ਹੁਣ ਤਾਂ ਕੋਈ ਤੁੱਕ ਹੀ ਨਹੀਂ ਰਹੇਗੀ ਮੇਰੇ ਨਾਲ ਗੱਲਬਾਤ ਕਰਨ ਦੀ। ਤੁਹਾਨੂੰ ਕਦੋਂ ਪਤਾ ਲੱਗਿਆ ਜੀ ਪਰਚਾ ਦਰਜ ਹੋ ਗਿਆ? ਮੈਨੂੰ ਸ਼ਾਮ ਨੂੰ 6-7 ਵਜੇ ਮੈਨੂੰ SHO ਸਾਹਿਬ ਦਾ ਫੋਨ ਆਇਆ ਵੀ ਪਰਚਾ ਦਰਜ ਹੋ ਗਿਆ। ਮੈਨੂੰ ਨਹੀਂ, ਉਹ ਮੈਨੂੰ ਕਹਿੰਦੇ ਆਏ ਕਰਕੇ ਕਹਿੰਦੇ ਤੁਸੀਂ ਅੱਜ ਮਤਲਬ ਕਿ ਡਿਊਟੀ ਤੇ ਸੀ, ਕਿੱਥੇ ਸੀਗੇ, ਤੇ ਕਹਿੰਦੇ ਵੀ ਤੁਸੀਂ ਕਿਸੇ ਦੇ ਘਰ ਗਏ ਹੋ, ਮੈਂ ਕਿਹਾ ਹਾਂਜੀ ਗਈ ਸੀ, ਤੇ ਕਹਿੰਦੇ ਕਿਵੇਂ ਗਏ ਸੀ, ਮੈਂ ਕਿਹਾ ਜੀ ਮੈਂ ਤਾਂ ਵੀ ਮੇਰੇ ਇੱਕ ਨਾ ਵੀਡੀਓ ਜੀ ਵਾਇਰਲ ਹੋਈ ਸੀ ਵੀ ਜਿਹਦੇ ਵਿੱਚ ਇਹ ਨਾ ਵੀ ਉਹਦੇ ਵਿੱਚ ਉਹ 1-2 ਗੱਲਾਂ ਜੀ ਮੇਰੇ ਬਾਰੇ ਗਲਤ ਬੋਲਦਾ, ਜਿਹਦੇ ਵੀ ਮੈਨੂੰ ਮੈਂ ਥੋੜਾ ਜਿਹਾ ਉਹਨਾਂ ਦੇ ਘਰਦਿਆਂ ਨੂੰ ਇਹੀ ਕਹਿਣ ਗਈ ਆ ਵੀ ਜਦੋਂ ਮੇਰੀ ਬਦਲੀ ਹੋ ਗਈ ਵੀ ਹੁਣ ਤੁਸੀਂ ਇਹਦੀਆਂ ਚੀਜ਼ਾਂ ਦੇ ਮੈਟਰ ਇਹਨਾਂ ਨੂੰ ਲੈ ਕੇ ਨਾ ਅੱਗੇ ਆਓ, ਤੇ ਪਰ ਉਹਨਾਂ ਨੇ ਬਸ ਮੈਨੂੰ ਇਹੀ ਕਿਹਾ, ਬਸ ਇੰਨਾ ਕਿਹਾ ਕਿ ਉਹਨਾਂ ਨੇ ਮੇਰਾ ਫੋਨ ਕੱਟਦਾ, ਉਹਨਾਂ ਨੇ ਨਾ ਮੇਰਾ ਪੁੱਛਿਆ ਵੀ ਕਿਉਂ ਮੈਂ ਕੀ ਗੱਲ ਸੀ ਨਾ। ਸੋ ਆਪਾਂ ਪਹਿਲਾਂ ਵੀ ਗੱਲ ਕੀਤੀ ਆ, ਸਰਪੰਚ ਖੜੇ ਨੇ ਮੇਰੇ ਨਾਲ ਇਸ ਪਿੰਡ ਦੇ ਨੇ, ਇਹਨਾਂ ਦੇ ਮੁੰਡੇ ਤੇ ਪਰਚਾ ਆ ਖੜਾ ਮੁੰਡਾ ਗੁਰਜੀਤ ਸਿੰਘ ਤੇ ਉਹ ਕਹਾਣੀ ਤਾਂ ਉਹਨੂੰ ਮੈਂ ਪਹਿਲਾਂ ਵੀ ਸੁਣਾਈ ਸੀਗੀ ਇੱਕ ਦਿਨ ਕਿ ਮੁੱਖ ਮੰਤਰੀ ਸਾਹਿਬ ਤੁਹਾਨੂੰ ਮੁਖਾਤਬ ਹੋ ਕੇ ਕਹਿ ਰਹੇ ਆ ਕਿ ਕਹਾਣੀ ਤੁਹਾਡੇ ਤੱਕ ਪਹਿਲਾਂ ਵੀ ਇਹ ਪਹੁੰਚਾਈ ਸੀ ਮੈਂ ਵੀ ਕਿਵੇਂ ਇਹ ਕੁੜੀ ਕਹਿੰਦੇ ਡਾਂਗ ਲੈ ਕੇ ਆ ਗਈ, ਉਹ ਜਿਹੜਾ ਸਵਰਨ ਆ ਉਹਦੇ ਵੱਲੋਂ ਇਹ ਮੁਕੱਦਮਾ ਦਰਜ ਹੋਇਆ, ਮੇਰੇ ਘਰ ਵਾਲੀ ਨਾਲ ਜੱਫੋ ਜੱਫੀ ਹੋ ਗਈ, ਮੇਰੀ ਮਾਂ ਨਾਲ ਜੱਫੋ ਜੱਫੀ ਹੋ ਗਈ, ਪਰ ਅਗਲਾ ਸਰਪੰਚ ਨੂੰ ਨਾਲ ਕਿਉਂ ਰੱਖਿਆ? ਸਰਪੰਚ ਅਕਾਲੀ ਦਲ ਵੱਲੋਂ, ਇਹ ਅਕਾਲੀ ਦਲ ਪਾਰਟੀ ਦੇ ਸੀਗੇ, ਇਹਨਾਂ ਨੂੰ ਪਹਿਲਾਂ ਵੀ ਕੋਸ਼ਿਸ਼ ਕੀਤੀ ਬੜੀ ਕਿ ਯਾਰ ਤੂੰ ਸਰੋਪਾ ਲੈ ਲਾ ਸਾਡੇ ਨਾਲ ਆ ਜਾ, ਛੱਡ ਦੇ ਅਕਾਲੀ ਦਲ ਦਾ ਖੜਾ, ਚਲੋ ਇਹਨਾਂ ਨੇ ਨਹੀਂ ਮੰਨਿਆ, ਨਹੀਂ ਆਖੇ ਲੱਗੇ, ਇਹਨਾਂ ਨੂੰ ਇਸ ਕਰਕੇ ਲਪੇਟ ਚ ਲੈ ਲਿਆ, ਇਹਨੂੰ ਨਾਲ ਇਸ ਮੁੰਡੇ ਨੂੰ ਲੈ ਲਿਆ ਸਰਪੰਚ ਦੇ ਨੂੰ ਵੀ। ਇਹ ਕੁੜੀ ਕਹਿ ਰਹੀ ਆ ਸਵਰਨ ਦੇ ਬਿਆਨ ਆ ਵੀ ਇਹ ਮੈਂ ਤੈਨੂੰ ਉਹਦਾ ਪਿਸਤੌਲ ਲਿਆ ਕੇ ਉਹਦੇ ਮੁੰਡੇ ਦਾ, ਫੇਰ ਮੈਂ ਤੁਹਾਡੇ ਗੋਲੀ ਮਾਰਨੀ ਆ, ਉਸ ਤਰੀਕੇ ਚ 120 ਦੇ ਵਿੱਚ ਨਾਲ ਸਰਪੰਚ ਦਾ ਮੁੰਡਾ ਵੀ ਜਿਹੜਾ ਨਾਮਜ਼ਦ ਕਰਤਾ। ਸੋ ਐਡੀ ਧੱਕੇਸ਼ਾਹੀ ਮੈਨੂੰ ਲੱਗਦਾ ਬਾਦਲਾਂ ਦੇ ਰਾਜ ਚ ਵੀ ਨਹੀਂ ਹੋਈ ਹੋਲੀ, ਆਟੇ ਨਾਲ ਪੜੇਥਣ ਤਾਂ ਉਹ ਲਾ ਦਿੰਦੇ ਸੀਗੇ, ਜੋ ਘਟਨਾ ਵਾਪਰਦੀ 4 ਬੰਦੇ ਚੱਕ ਕੇ ਨਜਾਇਜ਼ ਫਸਾ ਦਿੰਦੇ ਸੀ,
ਪਰ ਇਹ ਐਡੀ ਧੱਕੇਸ਼ਾਹੀ ਨਾ ਐਸਐਸਪੀ ਨੇ ਕੋਈ ਸੁਣੀ ਆ ਗੱਲ ਐਸਐਸਪੀ ਨੂੰ ਵੀ ਮੈਂ ਧਿਆਨ ਚ ਲਿਆਂਦਾ ਸੀ ਅੱਜ ਅਸੀਂ ਡਿਪਟੀ ਕਮਿਸ਼ਨਰ ਬਠਿੰਡੇ ਦੇ ਧਿਆਨ ਚ ਵੀ ਲਿਆਂਦਾ ਮਸਲਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਸੜਕਾਂ ਤੇ ਉਤਰਨਗੇ ਲੋਕ ਥਾਣਿਆਂ ਦੇ ਅੱਗੇ ਇਕੱਠੇ ਹੋਣਗੇ ਫਿਰ ਪਹਿਲਾਂ ਤੁਸੀਂ ਇਹੋ ਜਿਹਾ ਧੱਕੇਸ਼ਾਹੀ ਕਰਦੇ ਹੋ ਫਿਰ ਜਦੋਂ ਲੋਕ ਇਕੱਠੇ ਹੁੰਦੇ ਆ ਲੋਕ ਆ ਕੇ ਥਾਣਿਆਂ ਨੂੰ ਘੇਰਦੇ ਆ ਫਿਰ ਤੁਸੀਂ ਦੂਜੇ ਲੋਟ ਹੋ ਜਾਂਦੇ ਆ ਫਿਰ ਕਹਿੰਦਾ ਦੇਖੋ ਜੀ ਲੋਕਾਂ ਨੇ ਆਹ ਕਰਤਾ ਲੋਕਾਂ ਨੇ ਉਹ ਕਰਤਾ ਪਹਿਲਾਂ ਵੀ ਇਹ ਘਟਨਾਵਾਂ ਪੰਜਾਬ ਚ ਵਾਪਰ ਚੁੱਕੀਆਂ ਤੁਸੀਂ ਇਸ ਬਾਰੇ ਚੰਗੀ ਤਰ੍ਹਾਂ ਜਾਣ